ਇੱਕ ਪਾਸੇ ਹੋ ਰਿਹਾ, ਖਾਲਸਾ ਪੰਥ ਇੱਕ ਪਾਸੇ ਹੋ ਰਿਹਾ, ਇੱਕ ਪਾਸੇ ਪੰਜਾਬ ਦੀ ਪਾਰਟੀ ਖਾਲਸਾ ਪੰਥ ਦੀ ਆਵਾਜ਼ ਪੰਜਾਬੀਆਂ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਹੈ, ਦੂਜੇ ਪਾਸੇ ਜਿਵੇਂ ਈਸਟ ਇੰਡੀਆ ਕੰਪਨੀ ਦੇਸ਼ ਤੇ ਲੁੱਟਣ ਆਈ ਸੀ, ਉਵੇਂ ਆਹ ਨੈਸ਼ਨਲ ਪਾਰਟੀਆਂ ਤਿੰਨ ਵਾਲੀਆਂ ਜਿਹਨਾਂ ਦਾ 50 ਸਾਲ ਦਾ ਇਤਿਹਾਸ ਦੇਖ ਲਓ, ਇਕੱਲੇ ਲੁੱਟਦੇ ਰਹੇ ਆਪਣੇ ਪੰਜਾਬ ਨੂੰ, ਪੰਜਾਬ ਵਾਸਤੇ ਕੋਈ ਆਵਾਜ਼ ਨਹੀਂ ਉਠਾਈ। ਸੋ ਪੰਜਾਬ ਦੀ, ਪੰਜਾਬ ਨੂੰ ਬਚਾਉਣ ਵਾਸਤੇ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਇੱਕ ਝੰਡੇ ਥੱਲੇ ਘੱਟੇ। ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਦੇ ਆਪ ਕਹਿ ਰਹੇ ਆ ਕਿ ਨਸ਼ਾ ਆਮ ਆਦਮੀ ਪਾਰਟੀ ਸਰਕਾਰ ਕਰ ਰਿਹਾ, ਤੁਸੀਂ ਦੇਖੋ ਕੀ ਹਾਲਤ ਹੈ।